ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਮਿਤ ਖੰਨਾ ਓਮ ਗਲੋਬਲ ਮੈਲਬਨ ਤੋਂ ਇੱਕ ਵਾਰ ਫਿਰ ਓਮ ਗਲੋਬਲ ਦੇ ਪੇਜ ਤੋਂ ਲਾਈਵ ਹੋਏ ਹਾਂ। ਆਪਾਂ ਥੋੜ੍ਹੀ ਜਿਹੀ ਵੇਟ ਕਰਾਂਗੇ ਕਿ ਹੋਰ ਸਾਡੇ ਦਰਸ਼ਕ ਸਾਡੇ ਨਾਲ ਜੁੜ ਜਾਣ ਅਤੇ ਅੱਜ ਇਨਫੋਰਮੇਸ਼ਨ ਦੇਵਾਂਗੇ ਵਰਕ ਹੋਲੀਡੇ ਵੀਜ਼ਾ ਰਿਗਾਰਡਿੰਗ, ਜਿਹਦੇ ਬਾਰੇ ਰੀਸੈਂਟਲੀ ਕਾਫੀ ਨਿਊਜ਼ ਵੀ ਆਈਆਂ। ਨਿਊਜ਼ ਤਾਂ ਚਲੋ ਇੱਕੋ ਹੀ ਆਈ, ਜ਼ਿਆਦਾ ਅਫਵਾਹਾਂ ਫੈਲੀਆਂ, ਖਾਸ ਕਰਕੇ ਇੰਡੀਆ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਕਾਫੀ ਇਹਨੂੰ ਵੇਚਿਆ ਵੀ ਜਾ ਰਿਹਾ ਇਸ ਵੇਲੇ ਇਸ ਵੀਜ਼ੇ ਨੂੰ, ਤਾਂ ਥੋੜ੍ਹੀ ਜਿਹੀ ਉਸ ਬਾਰੇ ਜਾਣਕਾਰੀ ਦੇਵਾਂਗੇ। ਕਾਫੀ ਫੋਨ ਕਾਲਸ ਵੀ ਆਈਆਂ, ਥੋੜ੍ਹੀ ਦੇਰ ਹੋਰ ਵੇਟ ਕਰਾਂਗੇ, ਸਾਡੇ ਹੋਰ ਦਰਸ਼ਕ ਸਾਡੇ ਨਾਲ ਜੁੜ ਜਾਣ ਅਤੇ ਸਾਰੀ ਇਨਫੋਰਮੇਸ਼ਨ ਵਰਕ ਹੋਲੀਡੇ ਵੀਜ਼ਾ ਰਿਗਾਰਡਿੰਗ ਦਿੱਤੀ ਜਾਏਗੀ। ਫਿਰ ਇੱਕ ਵਾਰ ਤੋਂ ਦੋਸਤੋ, ਮੇਰਾ ਨਾਮ ਸੁਮਿਤ ਖੰਨਾ, ਮੈਂ ਮਾਈਗ੍ਰੇਸ਼ਨ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਮੈਲਬਨ ਦੇ ਵਿੱਚ ਓਮ ਗਲੋਬਲ ਦਾ ਡਾਇਰੈਕਟਰ ਵੀ ਹੈ। ਅਤੇ ਅੱਜ ਦਾ ਮੇਨ ਟੋਪਿਕ ਹੈਗਾ ਦੋਸਤੋ ਵਰਕ ਐਂਡ ਹੋਲੀਡੇ ਵੀਜ਼ਾ। ਸਭ ਤੋਂ ਪਹਿਲਾਂ ਵਰਕ ਵੀਜ਼ਾ ਕਹਿ ਕੇ ਨੂੰ ਬਹੁਤ ਜ਼ਿਆਦਾ ਵੇਚਿਆ ਜਾ ਰਿਹਾ ਜਾਂ ਬਹੁਤ ਜ਼ਿਆਦਾ ਗੱਲ ਕੀਤੀ ਜਾ ਰਹੀ, ਮਸ਼ਹੂਰੀ ਕੀਤੀ ਜਾ ਰਹੀ, ਐਡ ਕੀਤੀ ਜਾ ਰਹੀ, 50-50 ਹਜ਼ਾਰ ਦੇ ਵਿੱਚ ਵੀਜ਼ਾ ਵੀ ਵੇਚਿਆ ਜਾ ਰਿਹਾ, ਫੀਸ ਆਫਟਰ ਵੀਜ਼ਾ ਕਹਿ ਕੇ ਵੀ ਵੇਚਿਆ ਜਾ ਰਿਹਾ। ਕੋਈ ਇਹਨੂੰ ਸਬ ਕਲਾਸ 400 ਕਹਿ ਕੇ ਵੇਚ ਰਿਹਾ, ਕੋਈ ਸਬ ਕਲਾਸ 417 ਕਰਕੇ ਵੇਚ ਰਿਹਾ ਅਤੇ ਕੋਈ ਸਬ ਕਲਾਸ 462 ਕਹਿ ਕੇ ਵੇਚ ਰਿਹਾ। ਅਲੱਗ ਅਲੱਗ ਜਿਹਨੂੰ ਜਿਹੜੀ ਸਬ ਕਲਾਸ ਸਮਝ ਆ ਰਹੀ ਹੈ, ਜਿਹੜਾ ਗੂਗਲ 'ਤੇ ਸਰਚ ਮਾਰ ਕੇ ਦੇਖਦਾ ਕਿ ਵਰਕ ਵੀਜ਼ਾ ਆਸਟ੍ਰੇਲੀਆ, ਜਿਹੜੀ ਸਬ ਕਲਾਸ ਉਹਨੂੰ ਨਜ਼ਰ ਆਉਂਦੀ ਹੈ ਅਤੇ ਉਹ ਸਬ ਕਲਾਸ ਨੂੰ ਐਡਵਰਟਾਈਜ਼ ਕਰਨਾ ਸ਼ੁਰੂ ਕਰ ਦਿੰਦਾ। ਥੋੜ੍ਹੀ ਜਿਹੀ ਬੈਕਗਰਾਊਂਡ ਜਾਣਕਾਰੀ ਦਿੰਦੇ, ਇਹ ਸਭ ਕੁਝ ਸ਼ੁਰੂ ਕਿੱਥੋਂ ਹੋਇਆ। ਰੀਸੈਂਟਲੀ ABC ਨਿਊਜ਼ ਨੇ ਇੱਕ ਆਰਟੀਕਲ ਛਾਪਿਆ, ਜਿਹੜਾ ਕਿ ਇੱਕ ਪੋਲੀਟੀਕਲ ਰਿਪੋਰਟਰ ਨੇ ਆਰਟੀਕਲ ਦਿੱਤਾ ਸੀਗਾ। ਉਸ ਆਰਟੀਕਲ ਦੇ ਵਿੱਚ ਇਹ ਸੀਗਾ ਕਿ ਜਿਹੜਾ ਵਰਕ ਐਂਡ ਹੋਲੀਡੇ ਵੀਜ਼ਾ ਸਬ ਕਲਾਸ 462 ਹੈਗਾ, ਉਹਦੇ ਵਿੱਚ ਪੋਸੀਬਿਲਿਟੀ ਹੈਗੀ ਹੈ ਇੰਡੀਆ, ਬ੍ਰਾਜ਼ੀਲ, ਮੈਕਸੀਕੋ, ਹੋਰ ਥੋੜ੍ਹੀ ਜਿਹੀ ਕੰਟਰੀਜ਼, ਕੁੱਲ ਮਿਲਾ ਕੇ ਕੁਝ 13 ਕੰਟਰੀਜ਼ ਹੈ, ਹੋ ਸਕਦਾ ਐਡ ਹੋ ਜਾਣ। ਰੀਜ਼ਨ ਉਹਨਾਂ ਕੰਟਰੀਜ਼ ਐਡ ਕਰਨ ਦਾ ਕਿ ਜਿਹੜਾ ਵਰਕ ਐਂਡ ਹੋਲੀਡੇ ਵੀਜ਼ਾ ਹੈ ਉਹ ਮੇਨਲੀ ਆਸਟ੍ਰੇਲੀਆ ਦੀ ਲੇਬਰ ਨੂੰ ਕੈਟਰ ਕਰਨ ਲਈ, ਜਿਹੜੀ ਫਾਰਮਿੰਗ ਵਾਲ ਲੇਬਰ ਹੈ ਜਾਂ ਈਵਨ ਕਿ ਹੋਸਪਿਟੈਲਿਟੀ ਜਾਂ ਬਾਕੀ ਲੇਬਰ ਕਲਾਸ ਨੂੰ ਅਟਰੈਕਟ ਕਰਨ ਲਈ, ਬਾਕੀ ਦੇਸ਼ਾਂ ਤੋਂ ਜਿਹੜੇ ਲੋਕ ਆ ਕੇ ਇੱਥੇ ਘੁੰਮਣਾ ਵੀ ਚਾਹੁੰਦੇ ਹੈ ਅਤੇ ਨਾਲ ਨਾਲ ਕੰਮ ਵੀ ਕਰਨਾ ਚਾਹੁੰਦੇ, ਜਿਹੜੀ ਕਿ ਟੈਂਪਰੇਰੀ ਲੇਬਰ ਦਾ ਸਲਿਊਸ਼ਨ ਹੈ, ਉਹਦੇ ਲਈ ਇਹ ਵੀਜ਼ਾ ਸ਼ੁਰੂ ਕੀਤਾ ਗਿਆ ਸੀ, ਜਿਹੜਾ ਕਿ ਬਹੁਤ ਦੇਰ ਤੋਂ ਵੀਜ਼ਾ ਚੱਲ ਰਿਹਾ ਅਤੇ ਬਹੁਤ ਸਾਰੀ ਕੰਟਰੀਆਂ ਇਸ ਵੀਜ਼ਾ ਕੈਟੇਗਰੀ ਦੇ ਅੰਡਰ ਆਪਣੇ ਉਹਨਾਂ ਦੇ ਪਾਸਪੋਰਟ ਹੋਲਡਰਸ ਵਿਜ਼ਿਟ ਕਰਦੇ ਆਸਟ੍ਰੇਲੀਆ ਦੇ ਵਿੱਚ। ਕੁੱਲ ਮਿਲਾ ਕੇ ਜੇ ਅੱਜ ਦੀ ਡੇਟ 'ਚ ਦੇਖਿਆ ਜਾਵੇ, ਕੁਛ 23 ਕੰਟਰੀਆਂਜ਼ ਦੇ ਆਸ ਪਾਸ ਹੈਗੀਆਂ ਜਿਹੜੀਆਂ 462 ਵੀਜ਼ਾ ਨਾਲ ਰਿਲੇਟਿਡ ਹੈ। ਪਿਛਲੇ 5 ਸਾਲਾਂ ਦੇ ਵਿੱਚ ਜੋ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਚਾਹਿਆ ਸੀ, ਜਿੰਨੀ ਲੇਬਰ ਉਹ ਚਾਹੁੰਦੇ ਸੀ ਇਸ ਵੀਜ਼ਾ ਪ੍ਰੋਗਰਾਮ ਰਾਹੀਂ, ਉਹਨਾਂ ਨੂੰ ਉਨੀ ਪਿੱਛੋਂ ਸਪਲਾਈ ਨਹੀਂ ਆਈ, ਉਹ ਡਿਕਲਾਈਨ ਹੋਇਆ, ਵਿਚ ਮੀਨਸ ਇਹਦਾ ਇੰਪੈਕਟ ਥੋੜ੍ਹਾ ਜਿਹਾ ਜਿਹੜੇ ਰਿਮੋਟ ਏਰੀਆਸ ਫਾਰਮਿੰਗ ਵੱਲ ਹੈ ਜਾਂ ਫਿਸ਼ਿੰਗ ਵੱਲ ਹੈ, ਉਹਨਾਂ ਨੂੰ ਇੰਪੈਕਟ ਹੋਇਆ, ਉਹਨਾਂ ਨੂੰ ਲੇਬਰ ਮਿਲਣੀ ਥੋੜ੍ਹੀ ਜਿਹੀ ਔਖੀ ਹੋਈ ਅਤੇ ਚੀਪ ਲੇਬਰ ਥੋੜ੍ਹੀ ਜਿਹੀ ਮਿਲਣੀ ਔਖੀ ਹੋਈ, ਅਤੇ ਇਸ ਕਰਕੇ ਗਵਰਨਮੈਂਟ ਕੰਸੀਡਰ ਕਰ ਰਹੀ ਹੈ ਕਿ ਹੋਰ ਉਹ ਕੀ ਪਲਾਨਸ ਕਰ ਸਕਦੀ ਹੈ, ਕਿ ਕਿਹੜੀ ਕੰਟਰੀਜ਼ ਉਹ ਲਿਆ ਸਕਦੀ ਹੈ ਜਿਨ੍ਹਾਂ ਨਾਲ ਉਹਨਾਂ ਦਾ ਜਿਹੜੇ ਟਾਰਗੇਟ ਹੈਗੇ ਹੈ
ਲੇਬਰ ਨੂੰ ਲੈ ਕੇ ਉਹ ਮੀਟ ਹੋਣ। ਇਸ ਅਨਾਊਂਸਮੈਂਟ ਦੇ ਨਾਲ ਜਿਹੜੀ ਨੈਸ਼ਨਲ ਫਾਰਮਰਸ ਫੈਡਰੇਸ਼ਨ ਹੈ ਉਹਨੇ ਵੀ ਇਸ ਨੂੰ ਬਿਲਕੁਲ ਸਪੋਰਟ ਕੀਤਾ ਹੈ ਕਿ ਆਈਦਰ ਤੁਸੀਂ ਐਗਰੀਕਲਚਰ ਲਈ ਅਲੱਗ ਵੀਜ਼ਾ ਲੈ ਕੇ ਆਓ ਜਾਂ ਤੁਸੀਂ ਜਿਹੜਾ ਕਰੰਟ ਵੀਜ਼ਾ ਕੈਟੇਗਰੀਜ਼ ਹੈਗੀ ਉਹਨੂੰ ਥੋੜ੍ਹਾ ਜਾਂ ਦੂਸਰੀ ਕੰਟਰੀਜ਼ ਵੱਲ ਵੀ ਧਿਆਨ ਦਿਓ ਜਾਂ ਉਹਨਾਂ ਦਾ ਜਿਹੜੀ ਕਰੰਟ ਕੰਟਰੀਜ਼ ਹੈ ਉਹਨਾਂ ਦਾ ਵੀ ਕੈਪ ਵਧਾਓ ਤਾਂ ਕਿ ਜਿਹੜੀ ਇਹ ਡਿਮਾਂਡ ਹੈਗੀ ਹੈ ਰਿਮੋਟ ਏਰੀਆਜ਼ ਵੱਲ ਫਾਰਮਿੰਗ ਵੱਲ ਜਾਂ ਫਿਸ਼ਿੰਗ ਵੱਲ ਜਾਂ ਹੋਰ ਆਕੂਪੇਸ਼ਨਸ ਵੱਲ ਉਹ ਡਿਮਾਂਡ ਮੀਟ ਹੋ ਸਕੇ। ਮਾਰਚ 2019 ਦੇ ਵਿੱਚ ਜਦੋਂ ਗਵਰਨਮੈਂਟ ਨੇ ਕੈਲਕੂਲੇਟ ਕੀਤਾ ਸੀਗਾ ਜਾਂ ਆਪਣੇ ਅੰਕੜੇ ਦੱਸੇ ਸੀਗੇ ਤੇ ਕੁੱਲ ਮਿਲਾ ਕੇ ਕੁਛ 1,50,000 ਦੇ ਆਸ ਪਾਸ ਲੋਕ ਜਿਹੜੇ ਸੀ ਵਰਕ ਐਂਡ ਹੋਲੀਡੇ ਵੀਜ਼ਾ ਦੇ ਅੰਡਰ ਇੱਥੇ ਸੀਗੇ। ਤੇ ਜਦੋਂ ਹੀ ਇਹ ਆਰਟੀਕਲ ਆਇਆ ਕਾਫੀ ਸਾਰੇ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਏਜੰਟ ਸੀਗਾ ਹੋਰ ਮਾਈਗ੍ਰੇਸ਼ਨ ਪਾਲਿਸੀਜ਼ ਨੂੰ ਫੋਲੋ ਕਰਨ ਵਾਲੇ ਲੋਕਾਂ ਨੇ ਆਪਣੇ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਨਫੋਰਮੇਸ਼ਨ ਸ਼ੇਅਰ ਵੀ ਕੀਤੀ। ਤੁਸੀਂ ਮੇਰੇ ਪੇਜ ਤੇ ਵੀ ਦੇਖਿਆ ਹੋਣਾ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਸੀ। ਇਟ ਵਾਸ ਜਸਟ ਅ ਨਿਊਜ਼ ਆਰਟੀਕਲ ਜਿਹੜਾ ABC ਨਿਊਜ਼ ਨੇ ਦਿੱਤਾ ਸੀ। ਇੱਦਾਂ ਦਾ ਕੋਈ ਵੀ ਵੀਜ਼ਾ ਸ਼ੁਰੂ ਨਹੀਂ ਹੋਇਆ ਹੈ ਤੇ ਹਜੇ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਵੀਜ਼ਾ ਸ਼ੁਰੂ ਹੋਏਗਾ। ਸਭ ਤੋਂ ਪਹਿਲਾਂ ਇਸ ਵੀਜ਼ਾ ਦੀ ਐਲੀਜੀਬਿਲਿਟੀ ਕ੍ਰਾਈਟੀਰੀਆ ਦੱਸ ਦਈਏ। ਇਸ ਵੀਜ਼ੇ ਦਾ ਕੋਈ ਔਖਾ ਐਲੀਜੀਬਿਲਿਟੀ ਕ੍ਰਾਈਟੀਰੀਆ ਨਹੀਂ, ਜਿਵੇਂ ਕਿ ਇੱਕ ਨੋਰਮਲ ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰਦੇ ਹੋ ਇੱਕ ਤਰ੍ਹਾਂ ਦਾ ਵਿਜ਼ਿਟਰ ਵੀਜ਼ਾ ਹੀ ਹੈ, ਬਟ ਹਾਂ ਥੋੜ੍ਹੀ ਜੀ ਡਿਫਰੈਂਟ ਤਰੀਕੇ ਦਾ ਹੈਗਾ। ਬੇਸਿਕਲੀ ਵਰਕ ਐਂਡ ਹੋਲੀਡੇ ਕਿ ਤੁਸੀਂ ਵਰਕ ਲਈ ਵੀ ਆ ਰਹੇ ਹੋ ਅਤੇ ਛੁੱਟੀਆਂ ਮਨਾਉਣ ਵੀ ਆ ਰਹੇ ਹੋ। ਹਾਂ ਵਿਜ਼ਿਟਰ ਵੀਜ਼ੇ ਦੇ ਵਿੱਚ ਤੁਹਾਨੂੰ ਵਰਕਿੰਗ ਰਾਈਟਸ ਨਹੀਂ ਹੁੰਦੇ, ਉਹਦੇ ਵਿੱਚ ਜ਼ਿਆਦਾਤਰ ਤੁਸੀਂ ਛੁੱਟੀਆਂ ਮਨਾਉਣ ਜਾਂਦੇ ਹੋ, ਇਹਦੇ ਵਿੱਚ ਛੁੱਟੀਆਂ ਮਨਾਉਣ ਦੇ ਨਾਲ ਤੁਹਾਨੂੰ ਵਰਕ ਰਾਈਟਸ ਵੀ ਮਿਲ ਜਾਂਦੇ। ਇਸ ਲਈ ਇਹਦੇ ਵਿੱਚ ਥੋੜ੍ਹੇ ਜਿਹੇ ਐਲੀਜੀਬਿਲਿਟੀ ਕ੍ਰਾਈਟੀਰੀਆ ਹੈ ਜਿਹੜੇ ਕਿ ਡਿਪੈਂਡਿੰਗ ਔਨ ਦ ਕੰਟਰੀ ਉਹ ਥੋੜ੍ਹਾ ਜਿਹਾ ਚੇਂਜ ਵੀ ਹੁੰਦੇ, ਸਲਾਈਟਲੀ ਡਿਫਰੈਂਟ ਰੂਲਸ ਹੈਗੇ। ਸਭ ਤੋਂ ਮੇਨ ਜਿਹੜਾ ਇਹਦੇ 'ਚ ਕ੍ਰਾਈਟੀਰੀਆ ਹੈ ਜਿਹੜਾ ਤੁਹਾਡਾ ਏਜ ਰਿਕੁਆਇਰਮੈਂਟ ਹੈ 18 ਸਾਲ ਤੋਂ 30 ਸਾਲ ਦੇ ਵਿੱਚ ਜਿਹੜੀ ਏਜ ਦੀ ਐਲੀਜੀਬਿਲਿਟੀ ਹੈ। ਵੈਲਿਡ ਕੰਟਰੀਜ਼, ਜੇ ਤੁਸੀਂ ਉਸ ਕੰਟਰੀ ਦੇ ਪਾਸਪੋਰਟ ਹੋਲਡਰ ਹੋ ਜਿਹੜੀ ਕੰਟਰੀਜ਼ ਐਲੀਜੀਬਲ ਹੈ ਇਹਨਾਂ ਵੀਜ਼ਾ ਇਸ ਵੀਜ਼ਾ ਲਈ, ਜੇ ਤੁਸੀਂ ਉਸ ਕੰਟਰੀ ਦੇ ਪਾਸਪੋਰਟ ਹੋਲਡਰ ਹੋ ਤਾਂ ਹੀ ਤੁਸੀਂ ਇਸ ਵੀਜ਼ੇ ਲਈ ਅਪਲਾਈ ਕਰ ਸਕਦੇ ਹੋ। ਅਤੇ ਇਸ ਵੇਲੇ ਬਿਕੋਜ਼ ਇੰਡੀਆ ਇਸ ਲਿਸਟ ਦੇ ਵਿੱਚ ਨਹੀਂ ਆਉਂਦਾ, ਐਲੀਜੀਬਿਲਿਟੀ ਦੇ ਵਿੱਚ ਨਹੀਂ ਆਉਂਦਾ, ਕੋਈ ਵੀ ਇੰਡੀਆ ਦਾ ਨਾਗਰਿਕ ਇਹ ਵੀਜ਼ਾ ਨਹੀਂ ਅਪਲਾਈ ਕਰ ਸਕਦਾ। ਇਨ ਸਿੰਪਲ ਵਰਡਸ, ਯੂ ਕੈਨ ਨਾਟ ਅਪਲਾਈ ਫੋਰ ਦਿਸ ਵੀਜ਼ਾ ਐਟ ਦਿਸ ਸਟੇਜ, ਕੋਈ ਵੀ ਇੰਡੀਅਨ ਪਾਸਪੋਰਟ ਹੋਲਡਰ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਫੰਡਸ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ, ਤੁਹਾਨੂੰ 3 ਮਹੀਨੇ ਦੇ ਫੰਡਸ ਦਿਖਾਉਣੇ ਪੈਂਦੇ ਹੈ। ਉਹ ਇਸ ਲਈ ਦਿਖਾਉਣੇ ਪੈਂਦੇ ਕਿ ਜੇ ਤੁਸੀਂ ਇੱਥੇ ਆਉਂਦੇ ਹੋ ਵਰਕ ਐਂਡ ਹੋਲੀਡੇ ਵੀਜ਼ੇ 'ਤੇ, ਗਵਰਨਮੈਂਟ ਚਾਹੁੰਦੀ ਹੈ ਕਿ ਐਟਲੀਸਟ ਤੁਹਾਡੇ ਕੋਲ ਇੱਕ ਬੈਕਅਪ ਪਲੈਨ ਹੋਵੇ ਕਿ ਤੁਹਾਡੇ ਕੋਲ 3 ਕੁ ਮਹੀਨੇ ਦੇ ਫਾਈਨੈਂਸ਼ੀਅਲਸ ਹੋਣ ਕਿ ਜਦੋਂ ਤੁਸੀਂ ਆਸਟ੍ਰੇਲੀਆ ਪੁੱਜ ਰਹੇ ਹੋ ਤੁਹਾਡਾ ਰਹਿਣ ਦਾ, ਖਾਣ ਪੀਣ ਦਾ, ਇਨੀਸ਼ੀਅਲੀ ਇੱਥੇ ਟਰੈਵਲ ਕਰਨ ਦਾ ਉਹ ਖਰਚਾ ਤੁਹਾਡਾ ਸਾਰਾ ਮੀਟ ਹੋਵੇ। ਫਿਰ ਉਹ ਤੋਂ ਬਾਅਦ ਇਹਦੇ ਵਿੱਚ ਇੰਗਲਿਸ਼ ਦੀ ਵੀ ਇੱਕ ਰਿਕੁਆਇਰਮੈਂਟ ਹੈ, ਬੇਸਿਕ ਰਿਕੁਆਇਰਮੈਂਟ। ਉਹ ਰਿਕੁਆਇਰਮੈਂਟ ਹੈਗੀ ਹੈ ਫੰਕਸ਼ਨਲ ਇੰਗਲਿਸ਼ ਦੀ। ਫੰਕਸ਼ਨਲ ਇੰਗਲਿਸ਼ ਦਾ ਮਤਲਬ ਹੈਗਾ ਤੁਹਾਡੀ 4.5 bands ਇਕੁਲੈਂਟ ਆਇਲਟਸ ਦੇ ਵਿੱਚ ਹੋਣੇ ਚਾਹੀਦੇ ਹੈ। ਅਤੇ ਜੇ ਤੁਹਾਡੇ ਕੋਲ ਫੰਕਸ਼ਨਲ ਇੰਗਲਿਸ਼ ਹੈਗੀ ਹੈ ਤਾਂ ਇਟਸ ਅਨਦਰ ਐਲੀਜੀਬਿਲਿਟੀ ਕ੍ਰਾਈਟੀਰੀਆ ਕਿ ਜਿਹੜੇ ਤੁਸੀਂ ਇਸ ਵੀਜ਼ੇ ਨੂੰ ਮੀਟ ਕਰ ਸਕਦੇ ਹੋ। ਇਹ ਤੋਂ ਇਲਾਵਾ ਜਦੋਂ ਹੋਰ ਥੋੜ੍ਹੇ ਜਿਹੇ ਬੇਸਿਕ ਕ੍ਰਾਈਟੀਰੀਆਜ਼ ਤੋਂ ਇਲਾਵਾ ਜਿਹੜੀਆਂ 2 ਮੇਨ ਕੰਡੀਸ਼ਨਸ ਲੱਗਦੀਆਂ ਇਸ ਵੀਜ਼ਾ 'ਤੇ,
8548 ਕੰਡੀਸ਼ਨ, ਜਿਹਦੇ ਵਿੱਚ ਕਹਿੰਦੀ ਹੈ ਕਿ ਤੁਸੀਂ ਅਪ ਟੂ 4 ਮੰਥਸ ਤੱਕ ਪੜ੍ਹਾਈ ਵੀ ਕਰ ਸਕਦੇ ਹੋ ਇਸ ਵੀਜ਼ਾ ਦੇ ਉੱਤੇ। ਜਿੱਦਾਂ ਇੱਕ ਵਿਜ਼ਿਟਰ ਵੀਜ਼ਾ ਜੋ ਜ਼ਿਆਦਾਤਰ ਲੱਗਦਾ, ਉਹਦੇ 'ਤੇ ਵੀ ਤਕਰੀਬਨ 3 ਮਹੀਨੇ ਦੀ ਪੜ੍ਹਾਈ ਕਰਨ ਦੀ ਆਪਸ਼ਨ ਅਵੇਲੇਬਲ ਹੁੰਦੀ ਹੈ ਕਿ ਤੁਸੀਂ 3 ਮਹੀਨੇ ਤੱਕ ਪੜ੍ਹ ਸਕਦੇ ਹੋ। ਅਤੇ ਇਸ ਵੀਜ਼ੇ ਦੇ ਉੱਤੇ ਇਸ ਕੰਡੀਸ਼ਨ ਦੇ ਨਾਲ ਤੁਸੀਂ ਅਪ ਟੂ 4 ਮੰਥਸ ਪੜ੍ਹਾਈ ਵੀ ਕਰ ਸਕਦੇ ਹੋ। ਕੋਈ ਛੋਟਾ ਕੋਰਸ ਕਰਨਾ ਹੈ, ਕੋਈ ਆਪਣੇ ਆਪ ਨੂੰ ਸਕਿਲਡ ਕਰਨਾ ਹੈ, ਤੁਸੀਂ ਕੋਈ ਐਨੀ ਟਾਈਪ ਆਫ ਸ਼ਾਰਟ ਕੋਰਸ ਜਿਹੜਾ ਕਿ ਤੁਹਾਡੀ ਹੈਲਪ ਕਰ ਸਕੇ ਅੱਗੇ ਜੋਬ ਲੈਣ ਦੇ ਵਿੱਚ, ਦੈਟ ਇਜ਼ ਅਲਾਊਡ ਵਿਦ ਦਿਸ ਵੀਜ਼ਾ ਕਿ ਤੁਸੀਂ 4 ਮਹੀਨੇ ਦਾ ਕੋਰਸ ਕਰ ਸਕਦੇ ਹੋ। ਉਹ ਤੋਂ ਬਾਅਦ ਇੱਕ ਰਿਕੁਆਇਰਮੈਂਟ ਹੈ 8547। ਉਹ ਰਿਕੁਆਇਰਮੈਂਟ ਕਹਿੰਦੀ ਹੈ ਕਿ ਜੀ ਤੁਸੀਂ ਇੱਕ ਇੰਪਲੋਇਰ ਕੋ ਮੈਕਸੀਮਮ 6 ਮਹੀਨੇ ਕੰਮ ਕਰ ਸਕਦੇ, ਤੋਂ ਜ਼ਿਆਦਾ ਉਸ ਇੰਪਲੋਇਰ ਕੋ ਕੰਮ ਨਹੀਂ ਕਰ ਸਕਦੇ। ਉਹ ਤੋਂ ਬਾਅਦ ਤੁਹਾਨੂੰ ਡਿਫਰੈਂਟ ਇੰਪਲੋਇਰ ਦੇਖਣਾ ਪਏਗਾ। ਇਹ ਵੀਜ਼ਾ ਜੀ ਅਪ ਟੂ 3 ਵਾਰ ਤੱਕ ਤੁਸੀਂ ਲੈ ਸਕਦੇ ਹੋ, ਫਸਟ ਟਾਈਮ, ਸੈਕਿੰਡ ਟਾਈਮ, ਥਰਡ ਟਾਈਮ, ਮੈਕਸੀਮਮ 3 ਵਾਰ ਤੱਕ ਇਹ ਤੁਹਾਨੂੰ ਵੀਜ਼ਾ ਮਿਲ ਸਕਦਾ, ਵਿਚ ਇਜ਼ ਅਪ ਟੂ 3 ਈਅਰਸ। ਅਤੇ ਅਗੇਨ ਇੱਕ ਸਰਟਨ ਐਲੀਜੀਬਿਲਿਟੀ ਕ੍ਰਾਈਟੀਰੀਆ ਹੈਗਾ, ਜੇ ਤੁਸੀਂ ਉਹ ਮੀਟ ਕਰਦੇ ਹੋ ਤਾਂ ਤੁਸੀਂ 2 ਸਾਲ ਦਾ ਵੀਜ਼ਾ ਲੈ ਸਕਦੇ ਹੋ, ਅਤੇ 2 ਸਾਲ ਦਾ ਮੀਟ ਕਰਦੇ ਹੋ ਤਾਂ ਤੁਸੀਂ 3 ਸਾਲ ਦਾ ਲੈ ਸਕਦੇ ਹੋ। ਮੇਰਾ ਮੇਨ ਰੀਜ਼ਨ ਅੱਜ ਲਾਈਵ ਹੋ ਕੇ ਤੁਹਾਨੂੰ ਇਹ ਇਨਫੋਰਮੇਸ਼ਨ ਦੇਣਾ, ਸਪੈਸ਼ਲੀ ਉਸ ਵੀਜ਼ੇ ਬਾਰੇ ਦੇਣਾ ਜਿਹਦੇ ਲਈ ਮੋਸਟ ਆਫ ਦਾ ਦਰਸ਼ਕ ਜਿਹੜੇ ਇਸ ਲਾਈਵ ਵੀਡੀਓ ਨੂੰ ਦੇਖ ਰਹੇ ਐਲੀਜੀਬਲ ਹੀ ਨਹੀਂ ਹੈਗੇ। ਐਲੀਜੀਬਲ ਇਸ ਲਈ ਨਹੀਂ ਹੈਗੇ ਕਿਉਂਕਿ ਇੰਡੀਆ ਇਸ ਲਿਸਟ ਦੇ ਵਿੱਚ ਨਹੀਂ ਆਉਂਦਾ, ਨਾ ਹੀ ਇੰਡੀਆ ਨੂੰ ਇਨਕਲੂਡ ਕੀਤਾ ਗਿਆ। ਮੈਂ ਬਹੁਤ ਪਿਛਲੇ 2-3 ਦਿਨਾਂ ਤੋਂ ਦੇਖਿਆ ਲੋਕ, ਬਹੁਤ ਵੱਡੇ ਵੱਡੇ ਏਜੰਟ ਵੀ ਸ਼ਰੇਆਮ ਮੀਡੀਆ ਚੈਨਲਸ 'ਤੇ ਜਾ ਕੇ, ਅਖਬਾਰਾਂ 'ਤੇ ਜਾ ਕੇ, ਆਪਣੀ ਲਾਈਵ ਵੀਡੀਓਜ਼ ਕਰਕੇ, ਰਿਕਾਰਡਿਡ ਵੀਡੀਓਜ਼ ਆਪਣੀ ਇੰਟਰਵਿਊਜ਼ ਦੇ ਵਿੱਚ ਕਹਿ ਰਹੇ ਹੈ ਵੀਜ਼ਾ ਖੁੱਲ੍ਹ ਚੁੱਕਾ ਹੈ, 50,000, 5 ਲੱਖ, 10 ਲੱਖ ਦੇ ਵਿੱਚ ਇਹ ਵੀਜ਼ਾ ਵੇਚਿਆ ਵੀ ਜਾ ਰਿਹਾ। ਇਹ ਸਰਾਸਰ ਧੋਖਾਧੜੀ ਹੈ, ਇਹ ਤੋਂ ਜ਼ਿਆਦਾ ਇਹ ਕੁਛ ਵੀ ਨਹੀਂ ਹੈਗਾ। ਜਿਹੜਾ ਵੀਜ਼ਾ ਵੈਲਿਡ ਵੀ ਨਹੀਂ ਹੈਗਾ, ਜਿਹੜਾ ਵੀਜ਼ਾ ਚੱਲਦਾ ਵੀ ਨਹੀਂ, ਉਹ ਵੀਜ਼ਾ ਲੋਕ ਵੇਚ ਰਹੇ ਨੇ, ਅਤੇ ਉਹ ਮਾਸੂਮ ਲੋਕਾਂ ਨੂੰ ਵੇਚ ਰਹੇ ਨੇ ਜਿਨ੍ਹਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ। ਜੇ ਤੁਸੀਂ ਥੋੜ੍ਹੀ ਜਿਹੀ ਵੀ ਪੰਜਾਬੀ ਸਮਝਦੇ ਵੀ ਹੋ, ਲਿਖਣੀ ਪੜ੍ਹਨੀ ਜਾਣਦੇ ਹੋ, ਜਾਂ ਥੋੜ੍ਹਾ ਜਿਹਾ ਇੰਟਰਨੈਟ ਵੀ ਵਰਤਣਾ ਜਾਣਦੇ ਹੋ, ਤੁਸੀਂ ਇੰਟਰਨੈਟ 'ਤੇ ਜਾ ਕੇ ਵੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਇਸ ਲਾਈਵ ਵੀਡੀਓ ਤੋਂ ਬਾਅਦ ਮੈਂ ਥੋੜ੍ਹੇ ਜਿਹੇ ਲਿੰਕਸ ਵੀ ਪੋਸਟ ਕਰਾਂਗਾ, ਤੁਸੀਂ ਚਾਹੋ ਤਾਂ ਉਸ ਲਿੰਕਸ ਦੇ ਉੱਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਜੇ ਬਹੁਤ ਹੀ ਸੌਖਾ ਕਰਨਾ ਚਾਹੁੰਦੇ ਹੋ, ਇੱਕ ਇਮੀ ਅਕਾਊਂਟ ਬਣਦਾ ਹੈ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਵੀਜ਼ਾ ਜਦੋਂ ਔਨਲਾਈਨ ਅਪਲਾਈ ਹੁੰਦਾ ਤਕਰੀਬਨ ਇਮੀ ਅਕਾਊਂਟ ਦੇ ਥਰੂ ਹੁੰਦਾ। ਕੋਈ ਆਮ ਬੰਦਾ ਵੀ ਆਪਣਾ ਇਮੀ ਅਕਾਊਂਟ ਦਾ ਆਈਡੀ ਪਾਸਵਰਡ ਰੱਖ ਸਕਦਾ, ਬਣਾ ਸਕਦਾ, ਜਿਹਦੇ ਲਈ ਇੱਕ ਤੁਹਾਨੂੰ ਈਮੇਲ ਐਡਰੈਸ ਚਾਹੀਦਾ। ਤੁਸੀਂ ਇਮੀ ਅਕਾਊਂਟ ਦੇ ਵਿੱਚ ਜਾ ਕੇ ਆਪਣਾ ਅਕਾਊਂਟ ਬਣਾ ਕੇ ਉਹਦੇ ਵਿੱਚ ਵਰਕ ਐਂਡ ਹੋਲੀਡੇ ਦੇ ਵਿੱਚ ਜਾ ਕੇ ਜਦੋਂ ਤੁਸੀਂ ਆਪਣੀ ਡਿਟੇਲਸ ਪਾਉਂਦੇ ਹੋ, ਆਪਣਾ ਪਾਸਪੋਰਟ ਨੰਬਰ ਪਾਉਂਦੇ ਹੋ, ਉਹ ਤੁਹਾਨੂੰ ਐਪਲੀਕੇਸ਼ਨ ਅੱਗੇ ਜਾਣ ਹੀ ਨਹੀਂ ਦੇਗੇ। ਐਪਲੀਕੇਸ਼ਨ ਇਸ ਲਈ ਨਹੀਂ ਜਾਣ ਦੇਗੀ ਅੱਗੇ ਕਿਉਂਕਿ ਤੁਸੀਂ ਇੰਡੀਆ ਦੀ ਪਾਸਪੋਰਟ ਡਿਟੇਲਸ ਉਹਦੇ 'ਚ ਪਾਈਆਂ। ਹੁਣ ਇਹੋ ਜਿਹੇ ਏਜੰਟ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਨੂੰ ਜਾਂ ਹਰਿਆਣਾ ਦੇ ਜਾਂ ਨੌਰਥ ਇੰਡੀਆ ਦੇ ਜਾਂ ਇੰਡੀਆ ਦੇ ਕਿਤੇ ਵੀ ਬੈਠੇ ਲੋਕਾਂ ਨੂੰ ਵਰਕ ਐਂਡ ਹੋਲੀਡੇ ਵੀਜ਼ਾ 417, 462 ਜਾਂ 400 ਵੀਜ਼ਾ, ਕੋਈ ਵੀ ਵੀਜ਼ਾ ਕਹਿ ਕੇ ਵੇਚ ਰਹੇ ਹੈ, ਉਹ ਧੋਖਾ ਕਰ ਰਹੇ ਹੈ ਤੁਹਾਡੇ ਨਾਲ। ਇਹ ਸਰਾਸਰ ਫਰੋਡ ਹੈ, ਨਾ ਹੀ ਇਹਨਾਂ ਚੀਜ਼ਾਂ ਵੱਲ ਜਾਓ, ਨਾ ਹੀ ਇਹਨਾਂ ਲੋਕਾਂ ਨੂੰ ਆਪਣੇ ਪੈਸੇ ਦੇ ਕੇ ਆਪਣੇ ਪੈਸੇ ਖਰਾਬ ਕਰੋ। ਇਹੋ ਜਿਹੇ ਵੀਜ਼ੇ ਲਈ ਕਦੀ ਪੈਸੇ ਨਾ ਦਿਓ ਜਿਹੜਾ ਵੀਜ਼ਾ ਆਸਟ੍ਰੇਲੀਆ ਲਈ ਹਜੇ ਸ਼ੁਰੂ ਵੀ ਨਹੀਂ ਹੋਇਆ।
ਜੇ ਪੋਸੀਬਿਲਿਟੀ ਹੈ ਆਸਟ੍ਰੇਲੀਆ ਦੇ ਵਿੱਚ ਇਹ ਵੀਜ਼ਾ ਆਉਂਦਾ ਹੈ, ਸਭ ਤੋਂ ਪਹਿਲਾਂ ਇੱਕ ਮਾਈਗ੍ਰੇਸ਼ਨ ਲਾਅ ਹੈ, ਆਸਟ੍ਰੇਲੀਅਨ ਮਾਈਗ੍ਰੇਸ਼ਨ ਲਾਅ, ਜਿੱਥੋਂ ਸਾਰੇ ਰੂਲਸ ਰੈਗੂਲੇਸ਼ਨ, ਜਿੱਦਾਂ ਇੱਕ ਕੌਂਸਟੀਟਿਊਸ਼ਨ ਹੁੰਦਾ ਹੈ ਇੱਕ ਦੇਸ਼ ਦਾ, ਉਸੇ ਤਰ੍ਹਾਂ ਇੱਕ ਮਾਈਗ੍ਰੇਸ਼ਨ ਦਾ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਲਾਅ ਹੈ ਪ੍ਰੋਪਰ, ਜਿਹਦੇ 'ਚ ਸਾਰਾ ਕ੍ਰਾਈਟੀਰੀਆ, ਇੱਕ ਲੈਜਿਸਲੇਸ਼ਨ, ਸਾਰੇ ਐਕਟਸ ਲਿਖੇ ਜਾਂਦੇ ਆ ਕਿ ਕਿਹੜੇ ਵੀਜ਼ੇ ਲਈ ਕੀ ਕ੍ਰਾਈਟੀਰੀਆ ਹੈ। ਜਦੋਂ ਤੁਸੀਂ ਉਹ ਕ੍ਰਾਈਟੀਰੀਆ ਮੀਟ ਕਰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਵੀਜ਼ਾ ਮਿਲਦਾ ਹੈ। ਜਿੱਦਾਂ ਇੱਕ ਸਟੂਡੈਂਟ ਵੀਜ਼ਾ ਕ੍ਰਾਈਟੀਰੀਆ ਲਈ ਫਾਈਨੈਂਸ਼ੀਅਲਸ, COE, ਤੁਹਾਡਾ GT ਕ੍ਰਾਈਟੀਰੀਆ, ਪਾਸਪੋਰਟ, ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਨੀਆਂ ਪੈਂਦੀਆਂ। ਉਸੇ ਤਰ੍ਹਾਂ ਆਹ ਵਾਲਾ ਵੀਜ਼ਾ ਵੀ ਹੈ, ਇਹਦੇ ਲਈ ਵੀ ਤੁਹਾਨੂੰ ਕ੍ਰਾਈਟੀਰੀਆ ਮੀਟ ਕਰਨਾ ਪੈਂਦਾ। ਅਤੇ ਸਭ ਤੋਂ ਪਹਿਲਾ ਕ੍ਰਾਈਟੀਰੀਆ ਕਿ ਤੁਹਾਡੀ ਕੰਟਰੀ ਆਫ ਓਰਿਜਨ, ਜੇ ਕੰਟਰੀ ਆਫ ਓਰਿਜਨ ਤੁਹਾਡੀ ਇੰਡੀਆ ਹੈਗੀ ਹੈ, ਫਿਰ ਇਹ ਵੀਜ਼ੇ ਦੇ ਤੁਸੀਂ ਹੱਕਦਾਰ ਨਹੀਂ ਹੋ, ਨਾ ਹੀ ਤੁਸੀਂ ਇਹ ਵੀਜ਼ਾ ਅਪਲਾਈ ਕਰ ਸਕਦੇ ਹੋ। ਚਾਹੇ ਤੁਸੀਂ ਇਹ ਫੀਸ ਆਫਟਰ ਵੀਜ਼ਾ ਰੱਖੋ, ਫੀਸ ਪਹਿਲਾਂ ਲਓ, 50,000 ਲਓ, 10,000 ਵੀ ਲਓ, ਮੈਂ ਕਹਿੰਦਾ ਕੋਈ ਵੀ ਏਜੰਟ ਜੇ ਤੁਹਾਡੇ ਕੋਲ $10 ਵੀ ਜਾਂ 10 ਰੁਪਏ ਵੀ ਮੰਗ ਰਹੇ ਇਸ ਵੀਜ਼ੇ ਦੇ ਅਪਲਾਈ ਕਰਨ ਲਈ, ਜਾਂ $485 ਫੀਸ ਵੀ ਲੈ ਰਿਹਾ, ਉਹ ਤੁਹਾਡੇ ਨਾਲ ਧੋਖਾ ਕਰਕੇ ਲੈ ਰਿਹਾ, ਹਜੇ ਵੀਜ਼ਾ ਕੋਈ ਵੀ ਨਹੀਂ ਸਟਾਰਟ ਹੋਇਆ। ਹਾਂ, ਦੂਜੀ ਗੱਲ, ਜੇ ਕੱਲ੍ਹ ਨੂੰ ਇਹ ਵੀਜ਼ਾ ਮੋਸਟ ਲਾਈਕਲੀ ਕਹੋ ਇੰਡੀਆ ਲਈ ਖੁੱਲ੍ਹ ਜਾਂਦਾ ਹੈ, ਠੀਕ ਹੈ, ਇੰਡੀਆ ਲਈ ਜੇ ਵੀਜ਼ਾ ਖੁੱਲ੍ਹ ਜਾਂਦਾ, ਆਸਟ੍ਰੇਲੀਆ ਨੂੰ ਜਿਹੜੀ ਆਪਣੀ ਡਿਮਾਂਡ ਹੈਗੀ ਲੇਬਰ ਦੀ ਪੂਰੀ ਕਰਨੀ ਹੈ, ਤਾਂ ਹਾਂ ਬਿਲਕੁਲ ਆਪਸ਼ਨਸ ਹੈਗੀਆਂ ਕਿ ਇੰਡੀਆ ਲਈ ਵੀਜ਼ਾ ਖੁੱਲ੍ਹਦਾ। ਅਤੇ ਕੰਸਿਡਰਿੰਗ ਇੰਡੀਆ ਹਾਈ ਰਿਸਕ ਕੰਟਰੀ ਹੋਣ ਦੇ ਕਾਰਨ, ਹੋ ਸਕਦਾ ਇਹ ਜਿਹੜਾ ਵੀਜ਼ਾ ਆਵੇ ਕੁਛ ਕੈਵੀਏਟਸ ਦੇ ਨਾਲ ਆਵੇ। ਕੈਵੀਏਟਸ ਮਤਲਬ ਕੁਛ ਸਪੈਸ਼ਲ ਕੰਡੀਸ਼ਨਸ ਲੱਗ ਕੇ ਵੀ ਆ ਸਕਦਾ ਇਹ ਵੀਜ਼ਾ, ਕਿ ਹਾਂ ਜੇ ਤੁਸੀਂ ਇੰਡੀਆ ਦੇ ਪਾਸਪੋਰਟ ਹੋਲਡਰ ਹੋ, ਇਹ ਐਕਸਟਰਾ 2 ਕੰਡੀਸ਼ਨਸ ਹੈ ਜਿਹੜੀਆਂ ਤੁਹਾਨੂੰ ਮਿਲਣੀਆਂ। ਐਕਸਟਰਾ 2 ਕੰਡੀਸ਼ਨਸ ਕੁਛ ਵੀ ਹੋ ਸਕਦੀਆਂ, ਅਗੇਨ ਜਦ ਤੱਕ ਇਹ ਲਾਅ ਪ੍ਰੋਪਰ ਬਾਹਰ ਨਹੀਂ ਆਉਂਦਾ, ਜਦ ਤੱਕ ਇਹ ਪ੍ਰੋਪਰ ਸਾਈਨ ਆਫ ਨਹੀਂ ਹੁੰਦਾ, ਕੁਛ ਪਾਸ ਨਹੀਂ ਹੁੰਦਾ ਪਾਰਲੀਮੈਂਟ ਦੇ ਵਿੱਚ, ਤਦ ਤੱਕ ਇਹ ਚੀਜ਼ਾਂ ਕਦੀ ਵੀ ਕਨਫਰਮ ਨਹੀਂ ਹੁੰਦੀਆਂ। ਅਤੇ ਇਸ ਲਈ ਸਭ ਤੋਂ ਇੰਪੋਰਟੈਂਟ ਰੂਲ, ਨਾ ਹੀ ਆਪਣੇ ਪੈਸੇ ਖਰਾਬ ਕਰੋ, ਨਾ ਹੀ ਇਸ ਕੇਸ ਦੀ ਕੋਈ ਬੁਕਿੰਗ ਕਰਾਓ ਕਿਸੇ ਏਜੰਟ ਕੋਲੋਂ, ਅਤੇ ਜਿਹੜਾ ਏਜੰਟ ਤੁਹਾਨੂੰ ਇਹ ਪ੍ਰੋਮਿਸ ਦਿੰਦਾ ਹੈ ਕਿ ਵੀਜ਼ਾ ਸ਼ੁਰੂ ਹੋ ਚੁੱਕਾ ਹੈ, ਇੰਡੀਆ ਲਈ ਇਹ ਵੀਜ਼ਾ ਹੈਗਾ, ਉਹਨਾਂ ਤੋਂ ਜਾ ਕੇ ਪਰੂਫ ਮੰਗੋ ਕਿ ਦਿਖਾਓ ਕਿੱਥੇ ਵੀਜ਼ਾ, ਇੱਕ ਵੀਜ਼ਾ ਵੀ ਲੱਗਾ ਦੇਖ ਲਓ ਇੰਡੀਆ ਦੇ ਪਾਸਪੋਰਟ ਹੋਲਡਰ ਦਾ, ਬਹੁਤ ਵੱਡੀ ਗੱਲ ਹੋਏਗੀ। ਦੂਜੀ ਸਭ ਤੋਂ ਵੱਡੀ ਗੱਲ ਬਹੁਤ ਹੈ ਕਿ ਜਿਹੜਾ ਦੇਖਣ ਨੂੰ ਗਲਤ ਲੱਗਦਾ ਕਿ ਇਹੋ ਜਿਹੇ ਏਜੰਟ ਜਦੋਂ ਨਿਊਜ਼ ਚੈਨਲ ਦੇ ਉੱਤੇ ਇਹ ਚੀਜ਼ ਐਡਵਰਟਾਈਜ਼ ਕਰਦੇ, ਤਾਂ ਨਿਊਜ਼ ਚੈਨਲ ਉਸ ਚੀਜ਼ ਨੂੰ ਸਪੋਰਟ ਕਰਦੇ। ਨਿਊਜ਼ ਚੈਨਲ ਨੂੰ ਕੋਈ ਵੀ ਇਹੋ ਚੀਜ਼ ਨਹੀਂ ਸਪੋਰਟ ਕਰਨੀ ਚਾਹੀਦੀ ਜਿਹੜੀ ਗਲਤ ਇਨਫੋਰਮੇਸ਼ਨ ਜਾਂ ਗਲਤ ਅਫਵਾਹ ਫੈਲਾ ਰਹੀ ਹੈ ਲੋਕਾਂ ਦੇ ਵਿੱਚ। ਮੈਂ ਦੇਖਿਆ ਸੇਮ ਨਿਊਜ਼ ਜਾਂ ਸੇਮ ਐਡਵਰਟਾਈਜ਼ਮੈਂਟ ਕਿਸੇ ਨਿਊਜ਼ ਚੈਨਲ 'ਤੇ ਵੀ ਚੱਲ ਰਹੀ ਹੈ, ਜਿਹੜੀ ਕਿ ਅਗੇਨ ਬਹੁਤ ਗਲਤ ਹੈ। ਇਹ ਲੋਕਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈ, ਲੋਕਾਂ ਦਾ ਬ੍ਰੇਨ ਵਾਸ਼ ਕਰ ਰਹੀ ਹੈ। ਜਿਹੜੇ ਲੋਕ ਨੂੰ ਲੱਗਦਾ ਹੈ ਕਿ ਸਟੂਡੈਂਟ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਦੀ ਉਹਨਾਂ ਦੀ ਆਸ ਖਤਮ ਹੋ ਗਈ ਆਸਟ੍ਰੇਲੀਆ ਦੀ, ਉਹਨਾਂ ਨੂੰ ਲੱਗਦਾ ਉਹ ਇਸ ਵੀਜ਼ੇ ਪਾਸੇ ਜਾਣਗੇ, ਪੈਸੇ ਘੱਟ ਲੱਗਣਗੇ, ਐਲੀਜੀਬਿਲਿਟੀ ਕ੍ਰਾਈਟੀਰੀਆ ਈਜ਼ੀ ਹੋਏਗਾ, ਅਤੇ ਉਹ ਵੀ ਆਸਟ੍ਰੇਲੀਆ ਨਹੀਂ। ਜਦੋਂ ਇੱਦਾਂ ਦੀ ਕੋਈ ਚੀਜ਼ ਆਏਗੀ, ਜੇ ਇੱਦਾਂ ਦਾ ਕੋਈ ਵੀਜ਼ਾ ਇੰਡੀਆ ਲਈ ਸ਼ੁਰੂ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਓਮ ਗਲੋਬਲ ਦੇ ਥਰੂ ਪਤਾ ਲੱਗ ਸਕਦਾ। ਮੈਂ ਹੀ ਤੁਹਾਨੂੰ ਸਭ ਤੋਂ ਪਹਿਲਾਂ ਔਨਲਾਈਨ ਹੋ ਕੇ ਜਾਂ ਲਾਈਵ ਜਾਂ ਕਿਸੇ ਵੀ ਮਾਧਿਅਮ ਰਾਹੀਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। ਓਬਵੀਅਸਲੀ ਗਵਰਨਮੈਂਟ ਵੈਬਸਾਈਟ 'ਤੇ ਵੀ ਇਹ ਚੀਜ਼ਾਂ ਅਪਡੇਟ ਹੁੰਦੀਆਂ ਹੀ ਹੁੰਦੀਆਂ ਹੈ।
ਫਿਲਹਾਲ ਲਈ ਇਹੀ ਇਨਫੋਰਮੇਸ਼ਨ ਹੈ ਜੀ। ਇਸ ਤੋਂ ਇਲਾਵਾ ਜੇ ਕੋਈ ਵੀ ਤੁਹਾਡੇ ਕੁਐਸਚਨਸ ਹੋਣ, ਕੁਛ ਵੀ ਕਲੈਰਿਟੀ ਚਾਹੁੰਦੇ ਹੋ ਇਸ ਵੀਜ਼ਾ ਲਈ, ਤੁਸੀਂ ਇੱਥੇ ਮੈਸੇਜ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ ਜਾਂ ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਮਿਲ ਸਕਦੇ ਹੋ। ਇੱਕ ਵਾਰੀ ਫਿਰ ਤੁਹਾਨੂੰ ਦੁਬਾਰਾ ਤੋਂ ਦੱਸਦਾ, ਵਰਕ ਐਂਡ ਹੋਲੀਡੇ ਵੀਜ਼ਾ ਲਈ ਇੰਡੀਆ ਲਈ ਕੋਈ ਦਰਵਾਜ਼ੇ ਨਹੀਂ ਖੁੱਲ੍ਹੇ। ਇੰਡੀਆ ਕੋਈ ਐਲੀਜੀਬਲ ਨਹੀਂ ਹੈ, ਨਾ ਹੀ ਇਹ ਕਿਤੇ ਪਾਸ ਹੋਇਆ, ਨਾ ਹੀ ਇਹ ਕਨਫਰਮਡ ਇਨਫੋਰਮੇਸ਼ਨ ਹੈ। ਅਤੇ ਇਸ ਲਈ ਆਪਣੇ ਪੈਸੇ ਇਹਨਾਂ ਜਿਹੜੇ ਲੋਕ ਧੋਖਾ ਕਰ ਰਹੇ ਨੇ, ਠੱਗੀਆਂ ਮਾਰ ਰਹੇ ਨੇ, ਉਹਨਾਂ ਦੀ ਗੱਲਾਂ ਵਿੱਚ ਨਾ ਆਓ। ਝੂਠ ਬੋਲ ਰਹੇ ਨੇ ਤੁਹਾਨੂੰ ਸਰਾਸਰ ਕਿ ਇਹੋ ਜਿਹਾ ਵੀਜ਼ਾ ਖੁੱਲ੍ਹ ਕੇ ਆਇਆ ਅਤੇ ਇੰਡੀਆ ਇਨਕਲੂਡ ਹੋ ਗਿਆ। ਦੇਰ ਇਜ਼ ਨਥਿੰਗ ਐਜ਼ ਸੱਚ। ਮੇਕ ਸ਼ੋਰ ਜਿਹੜਾ ਤੁਹਾਡੇ ਪੈਸੇ ਹੈ ਤੁਸੀਂ ਆਪਣੇ ਸਾਂਭ ਕੇ ਰੱਖੋਗੇ, ਇਹ ਚੰਗੇ ਪਾਸੇ ਲਓ, ਇੱਥੇ ਪੈਸੇ ਗਵਾਉਣ ਨਾਲੋਂ ਬਜਾਏ। ਇਜਾਜ਼ਤ ਲੈਣਾ ਜੀ, ਸਤਿ ਸ਼੍ਰੀ ਅਕਾਲ।